पनीरी बना के भी बीज सकते हो जी, DSR भी कर सकते हो, कखा की समस्या खत्म, पानी घट लगना DSR नू, पंजाब दा पानी बचना वगैरह की रहना, ये एवरेज झाड़ रहूगा, मिक्सिंग वाला काम खत्म हो जू, मिक्सिंग वाला काम ते एदा कोई नकली बीज भी नहीं बेच सकदा, कोई नकली बीज भी नहीं बेच सकदा जी, जे कोई नकली बीज एदा बना के बेचूगा जी, ओ परशूट दी जे खेत दे विच इक डाल भी नहीं बचना ते ओ फड़ा जाना बंदा। पहला दा पिछले साल दा उगरिया होया झोना जी, जा कख नदीन या कख नदीन या फिर ਉਹ ਹੁੰਦਾ ਚੋਬਾ, ਉਹ ਸਾਰਾ ਮਾਰਿਆ ਜਾਊਗਾ। ਵੀਰੋ 1847 ਵਰਾਇਟੀ ਨੇ ਰਾਜ ਕੀਤਾ ਇਸ ਵਾਰ ਪੂਸਾ ਬਾਸਮਤੀਆਂ ਦੇ ਵਿੱਚ, ਤੇ 1847 ਦੇ ਨਾਲ ਆਈ ਸੀ 1885 11-21 ਦੀ ਸੋਧ, ਉਹ ਵੀ ਬਹੁਤ ਚਰਚਿਤ ਰਹੀ ਆ, ਤੇ ਉਹਦੀ ਵੀ ਸੋਧ ਆ ਗਈ ਹੁਣ। 11-21 ਦੀ ਸੋਧ ਆਈ ਸੀ 1885 ਤੇ 85 ਦੀ ਸੋਧ ਆ ਗਈ 1979 ਜੀ ਹਾਂ, ਤੇ ਉਹਨੂੰ ਸੋਧ ਕੇ ਇਹ ਬਣਾਈ ਗਈ ਆ। ਤੇ ਪਹਿਲੀ ਵੀਡੀਓ ਪਾਉਣ ਜਾ ਰਹੇ ਹਾਂ ਯੂਟਿਊਬ ਫੇਸਬੁੱਕ ਤੇ, ਵੈਸੇ ਤਾਂ ਰਾਈਟ ਨਹੀਂ ਹੈਗਾ ਆਪਣੇ ਕੋਲੇ ਵੀਡੀਓ ਪਾਉਣ ਦਾ ਕਿਸੇ ਕੋਲੇ ਵੀ, ਪਰ ਇਹਨਾਂ ਨੇ 3 ਲੱਖ ਰੁਪਏ ਲਾ ਕੇ MOU ਲੈ ਕੇ ਕੰਟਰੈਕਟ ਹੋਇਆ ਪੂਸਾ ਦੇ ਨਾਲ, ਤਾਂ ਕਰਕੇ ਆਪਾਂ ਵੀਡੀਓ ਪਾ ਸਕਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ, ਤੁਸੀਂ ਇਸ ਵਰਾਇਟੀ ਨੂੰ ਇੱਕ ਤਰ੍ਹਾਂ ਨਾਲ ਲਾਂਚ ਹੀ ਕਰਨ ਜਾ ਰਹੇ ਹੋ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਜੀ। ਤੇ ਆਪਾਂ ਗੱਲ ਕਰੀਏ ਇਹਦੀ 1979 ਦੀ, ਤਾਂ ਇਹਦੇ ਕੀ ਵਿਸ਼ੇਸ਼ ਕਰੈਕਟਰ ਨੇ, ਕੀ ਗੁਣ ਨੇ ਜੀ ਇਹਦੇ? ਇਹ 11-21 ਦੀ ਸੋਧ ਆਈ ਆ 1885, 1885 ਤੋਂ ਨਵੀਂ ਸੋਧ ਆਈ ਆ 1879, ਉਸ ਨੂੰ ਵੀ ਸੋਧ ਕੇ ਬਣਾਤੀ। ਹਾਂਜੀ ਜੀ, ਇਹਦੇ ਉੱਤੇ ਘਾਹ ਫੂਸ ਦੀ ਸਮੱਸਿਆ ਖਤਮ ਹੋ ਜੂਗੀ ਜੀ, ਪਰਸ਼ੂਟ ਦੀ ਦਵਾਈ ਮਾਰੋ ਘਾਹ ਫੂਸ ਖਤਮ, ਘਾਹ ਫੂਸ ਖਤਮ। ਜੇ ਕੋਈ ਪਿਛਲੀ ਸਾਲ ਵਾਲਾ ਝੋਨਾ ਜੰਮਿਆ ਆ ਉਹ ਵੀ ਖਤਮ, ਮਿਕਸਿੰਗ ਹੋ ਜਾਂਦੀ ਆ ਬੀਜ ਦੀ। ਹਾਂ, ਪਿਛਲੇ ਸਾਲ ਦਾ ਝੋਨਾ ਉਗਰਿਆ ਆਂਦਾ ਜੰਮਿਆ ਆਂਦਾ ਉਹ ਵੀ ਖਤਮ ਜੀ, ਜਿੱਦਾਂ ਵਪਾਰੀ ਕਹਿ ਦਿੰਦਾ ਸੀ ਤਾਂ ਚੋਭਾ ਜੀ ਬਾਸਮਤੀ ਚ 11-21 ਚ, ਹਾਂਜੀ ਚੋਭਾ ਆ ਜਾਂਦਾ। ਹਾਂ, ਹੁਣ ਚੋਭੇ ਵਾਲਾ ਕੋਈ ਕੰਮ ਨਹੀਂ ਰਿਹਾ ਜੀ, ਇਹ ਚੋਭੇ ਨੂੰ ਵੀ ਇਹਨੇ ਮਾਰ ਦੇਣਾ। ਤੇ ਪਰਸ਼ੂਟ ਦੀ ਸਪਰੇ ਬਾਰੇ ਥੋੜਾ ਦੱਸ ਦੀ ਵੀ ਇਹ ਕੀ ਕੰਮ ਕਰਦੀ ਹੈ, ਪਹਿਲਾਂ ਕੀ ਕਿਹੜੀਆਂ ਚੀਜ਼ਾਂ? ਪਹਿਲਾਂ ਆਪਾਂ ਇਹ ਮੂੰਗੀ ਤੇ ਪਾਉਂਦੇ ਸੀ ਜੀ, ਸੋਇਆਬੀਨ ਤੇ ਪਾਉਂਦੇ ਸੀ ਜੀ, ਤੇ ਗੁਬਾਰੇ ਤੇ ਪਾਉਂਦੇ ਸੀ, ਤੇ ਮੂੰਗੀ ਮਾਂ ਜੀ, ਮੂੰਗੀ ਮਾਂ ਸੋਇਆਬੀਨ ਤੇ ਗੁਬਾਰੇ ਤੇ ਪਰਸ਼ੂਟ ਦੀ ਸਪਰੇ ਹੁੰਦੀ ਸੀਗੀ ਜੀ। ਹੁਣ ਇਹ ਨਵੇਂ ਜੀਨ ਪਾਤੇ ਝੋਨੇ ਦੇ ਵਿੱਚ ਜੀ, ਝੋਨੇ ਬਾਸਮਤੀ ਪੂਸਾ ਬਾਸਮਤੀ 1979 ਤੇ ਪੂਸਾ ਬਾਸਮਤੀ 1985 ਜੀ, ਇਹ ਦੋਨੇ ਦੇ ਵਿੱਚ ਨਵੇਂ ਜੀਨ ਪਾਤੇ, ਹੁਣ ਇਹਨਾਂ ਦੇ ਵਿੱਚ ਪਰਸ਼ੂਟ ਦੀ ਸਪਰੇ ਹੋਏ ਕਰੂਗੀ, ਝੋਨਾ ਬਚ ਜੇ ਕਰੂ, ਤੇ ਜਿਹੜਾ ਬੀਜਿਆ 1979-1985 ਜਿਹੜਾ ਬੀਜਿਆ ਉਹ ਬਚ ਜੇ ਕਰੂ, ਜਿਹੜਾ ਪਹਿਲਾਂ ਦਾ ਪਿਛਲੇ ਸਾਲ ਦਾ ਉਗਰਿਆ ਹੋਇਆ ਝੋਨਾ ਜੀ, ਜਾਂ ਕੱਖ ਨਦੀਨ ਜਾਂ ਕੱਖ ਨਦੀਨ ਜਾਂ ਫਿਰ ਉਹ ਹੁੰਦਾ ਚੋਭਾ, ਉਹ ਸਾਰਾ ਮਾਰਿਆ ਜਾਊਗਾ ਜੀ। ਮਤਲਬ ਇਹੋ ਜੀ ਇੱਕ ਇਹਦੇ ਵਿੱਚ ਜੀਨ ਪਾਏ ਗਏ ਨੇ ਜਿਹਦੇ ਨਾਲ ਪਰਸੂਟ ਨਾਲ ਬਾਕੀ ਸਾਰਾ ਕੁਝ ਪਰਸੂਟ ਦੀ ਦਵਾਈ ਨਾਲ ਕਲੀਨ ਚਿੱਟ ਹੋ ਜੂਗਾ, ਸਿਰਫ ਇਹ ਰਹਿ ਜੂਗਾ, ਮਿਕਸਿੰਗ ਵਾਲਾ ਕੰਮ ਖਤਮ ਹੋ ਜੂ, ਮਿਕਸਿੰਗ ਵਾਲਾ ਕੰਮ ਤੇ ਇਹਦਾ ਕੋਈ ਨਕਲੀ ਬੀਜ ਵੀ ਨਹੀਂ ਵੇਚ ਸਕਦਾ, ਇਹਦਾ ਕੋਈ ਨਕਲੀ ਬੀਜ ਵੀ ਨਹੀਂ ਵੇਚ ਸਕਦਾ ਜੀ। ਜੇ ਕੋਈ ਨਕਲੀ ਬੀਜ ਇਹਦਾ ਬਣਾ ਕੇ ਵੇਚੂਗਾ ਜੀ, ਉਹ ਪਰਸੂਟ ਦੀ ਜੇ ਉਤੇ ਸਪਰੇ ਲੱਗ ਗਈ ਤੇ ਸਾਰਾ ਕੁਝ ਖਤਮ ਹੋ ਜੂਗਾ, ਤੇ ਉਹ ਫੜਿਆ ਜਾਣਾ, ਦੇ ਵਿੱਚ ਇੱਕ ਡਾਲ ਵੀ ਨਹੀਂ ਬਚਣਾ ਤੇ ਉਹ ਫੜਿਆ ਜਾਣਾ ਬੰਦਾ ਜੀ। ਤੇ ਇਹਨੂੰ ਆਪਾਂ DSR ਲਈ ਸਪੈਸ਼ਲਿਸਟ ਵਰਾਇਟੀ ਵੀ ਕਹਿ ਸਕਦੇ ਹਾਂ, DSR ਸਪੈਸ਼ਲ DSR ਵਾਸਤੇ ਬਹੁਤ ਹੈ, ਪਾਣੀ ਘੱਟ ਲੱਗਣਾ DSR ਨੂੰ, ਪੰਜਾਬ ਦਾ ਪਾਣੀ ਬਚਣਾ, ਟਾਈਮ ਵੀ ਬਚਣਾ, ਕਿਉਂਕਿ ਵੱਡੇ ਪੱਧਰ ਦਾ ਧਰਤੀ ਦੇ ਵਿੱਚ ਰਿਚਾਰਜ ਹੋਣਾ DSR। ਹਾਂ ਬਿਲਕੁਲ ਜੀ ਬਿਲਕੁਲ, ਪਾਣੀ ਦੀ ਬਹੁਤ ਸਮੱਸਿਆ ਆਪਾਂ ਨੂੰ, ਤੇ ਪਾਣੀ ਦੀ ਸਮੱਸਿਆ ਕਰਕੇ ਆਪਾਂ ਵੱਧ ਤੋਂ ਵੱਧ DSR ਕਰਨਾ, ਤੇ DSR ਕਰਨ ਦੇ ਵਿੱਚ ਇਹਦੇ ਚ ਬਹੁਤ ਮਦਦ ਮਿਲੂਗੀ, ਕਿਉਂਕਿ ਕੱਖ ਹੁੰਦੇ ਸੀ DSR, ਲੋਕਾਂ ਨੂੰ ਵੱਧ ਤੋਂ ਸਭ ਤੋਂ ਵੱਡੀ ਸਮੱਸਿਆ ਆਉਂਦੀ ਸੀ ਨਦੀਨਾਂ ਦੀ, ਕੱਖਾਂ ਦੀ DSR ਚ, DSR ਤੇ ਹਾਂਜੀ, ਉਹ ਹੁਣ ਨਦੀਨਾਂ ਦੀ ਤੇ ਕੱਖਾਂ ਦੀ ਸਮੱਸਿਆ ਖਤਮ ਹੋਗੀ, ਖਤਮ ਹੋਗੀ ਜੀ। ਮਤਲਬ ਇਹਨੂੰ ਆਪਾਂ DSR ਵਿਧੀ ਨਾਲ ਬੀਜ ਕੇ ਵੀ ਚੰਗਾ ਝਾੜ ਲੈ ਸਕਦੇ ਹਾਂ, ਬਿਲਕੁਲ ਬਿਲਕੁਲ ਜੀ, ਕੋਈ ਨਦੀਨ ਨਹੀਂ ਹੋਊਗਾ, ਕੋਈ ਕੱਖ ਨਹੀਂ ਹੋਊਗਾ। ਤੇ ਸਰ ਤੁਹਾਡੇ ਕੋਲੇ ਸਾਰੇ ਪ੍ਰੂਫ ਨੇ, ਇੱਕ ਵਾਰੀ ਆਪਾਂ ਸ਼ੋ ਕਰ ਦਈਏ ਸਕਰੀਨ ਤੇ, ਹਾਂਜੀ ਹਾਂਜੀ, ਸੀਡ ਆਪਾਂ ਨੂੰ ਕੀ ਰੇਟ ਮਿਲਿਆ ਜੀ? ਇਹਦਾ ਸੀਡ ਜੀ 3 ਲੱਖ ਰੁਪਏ ਦਾ MOU ਹੋਇਆ, 3 ਲੱਖ ਰੁਪਏ ਦਾ MOU ਹੋ ਕੇ ਆਪਾਂ ਨੂੰ 8 ਕਿਲੋ ਬੀਜ ਮਿਲਿਆ ਇਹ ਜੀ। ਇਹ ਆਪਣੇ ਕੋਲ ਬਿੱਲ ਹੈ ਇਹਦਾ ਜੀ, ਇਹਦਾ ਬਿੱਲ ਹੈ ਇਹ, ਇਹ ਬਿੱਲ ਤੋਂ ਬਾਅਦ ਚਾਬੀ ਰਸੀਦ ਦਾ ਗੇਟ ਪਾਸ ਹੈ ਜੀ, ਆ ਇਹਦਾ ਸਰਟੀਫਿਕੇਟ ਹੈ ਜੀ, ਬਰੀਡਰ ਸੀਡ ਦਾ ਸਰਟੀਫਿਕੇਟ ਪ੍ਰਮਾਣ ਪੱਤਰ 1979-1985 8-8 ਕਿਲੋ ਬੀਜ ਦਾ ਪ੍ਰਮਾਣ ਪੱਤਰ ਹੈ ਸਰਟੀਫਿਕੇਟ। ਇਹ ਉਹ ਆ ਗਈ ਮੇਰਾ ਖਿਆਲ ਜੀ, ਇਹਦੀ ਮੋਨੀਟਰੀ ਰਿਪੋਰਟ ਆ ਗਈ ਜੀ, ਇਹਦੀ ਮੋਨੀਟਰੀ ਰਿਪੋਰਟ ਹੈ, ਇਹਦੀ ਮੋਨੀਟਰੀ ਰਿਪੋਰਟ ਹੈ। ਇਹਦੇ ਬਾਰੇ ਹੋਰ ਵੀ ਜਾਣਕਾਰੀ ਦਿੱਤੀ ਹੋਈ ਯੂਨੀਵਰਸਿਟੀ ਨੇ, ਜਿਵੇਂ ਐਵਰੇਜ ਝਾੜ ਵਗੈਰਾ ਕੀ ਰਹਿੰਦਾ ਜੀ ਇਹਦਾ? ਐਵਰੇਜ ਝਾੜ ਰਹੂਗਾ 22-25 ਕੁਇੰਟਲ ਦਾ, ਇਹਦੀ ਮੋਨੀਟਰੀ ਰਿਪੋਰਟ ਹੈ 1979 ਤੇ 1985 ਦੀ, ਮਤਲਬ ਮੋਨੀਟਰੀ ਰਿਪੋਰਟ ਹੈ 22-25 ਕੁਇੰਟਲ
22 ਤੋਂ 25 ਕੁਇੰਟਲ ਫਾਰਮਰ ਦਾ ਡੀਐਸਆਰ ਕੀਤਾ ਹੋਇਆ ਝੋਨਾ ਨਿਕਲੂਗਾ ਇਹ ਜੀ। ਤੇ ਦੂਸਰੀ ਵਿਧੀ ਨਾਲ ਵੀ ਇਹਨੂੰ ਬੀਜ ਸਕਦੇ ਆ? ਦੂਸਰੀ ਵਿਧੀ ਨਾਲ ਵੀ ਬੀਜ ਸਕਦੇ ਹੋ, ਪਨੀਰੀ ਬਣਾ ਕੇ ਵੀ ਬੀਜ ਸਕਦੇ ਹੋ ਜੀ, ਡੀਐਸਆਰ ਵੀ ਕਰ ਸਕਦੇ ਹੋ, ਕੱਖਾਂ ਦੀ ਸਮੱਸਿਆ ਖਤਮ ਜੀ। ਤੁਸੀਂ ਪਰਸ਼ੂਟ ਦੀ ਸਪਰੇਅ ਮਾਰੋ, ਕੱਖ ਖਤਮ ਜੀ, ਨਾ ਤੁਹਾਨੂੰ ਨਕਲੀ ਬੀ ਮਿਲੇ, ਨਕਲੀ ਬੀ ਦਾ ਵੀ ਕੰਮ ਖਤਮ। ਜੇ ਤੁਸੀਂ ਨਕਲੀ ਬੀ ਕਿਸੇ ਨੇ ਦੇਤਾ, ਤੁਸੀਂ ਆਪਣੇ ਖੇਤ 'ਚ ਬੀਜ ਲਿਆ, ਉਹਨੇ ਪਰਸ਼ੂਟ ਦੀ ਉਹਦੇ ਉੱਤੇ ਸਪਰੇਅ ਮਾਰਤੀ, ਸਭ ਕੁਛ ਖਤਮ, ਉਹ ਬੰਦੇ ਨੂੰ ਫੜਿਆ ਜਾਣਾ ਜਿਹਨੇ ਨਕਲੀ ਬੀ ਵੇਚਿਆ ਜੀ। ਜਿਵੇਂ ਝਾੜ ਦੀ ਗੱਲ ਕਰੀਏ, ਜੇ ਝਾੜ ਤਾਂ ਪਹਿਲਾਂ ਵਾਲੀ ਹੈ, ਝਾੜ ਵੀ ਨਹੀਂ ਕਟਾਇਆ ਗਿਆ ਇਹਦੇ ਵਿੱਚ? ਝਾੜ ਵੀ ਨਹੀਂ ਕਟਾਇਆ ਗਿਆ। ਇੱਕ 1509 'ਚ ਆ ਜਿਹੜੀ ਇਹ ਵਰਾਇਟੀ ਹੈ, 11-21 ਦੇ ਵਿੱਚ ਹੈ, 11-21 'ਚ ਵਿਕੂਗੀ। ਜੇ 1879 1847 ਦੀ ਵੀ ਸੋਧ ਆ ਗਈ, 1985 ਉਹਦੀ ਵੀਡੀਓ ਵੀ ਆਪਣੇ ਚੈਨਲ 'ਤੇ ਪਈ ਆ, ਅਤੇ ਅੱਗੇ ਇਹਦੇ ਉੱਤੇ ਬਕਾਇਦਾ ਕਰਕੇ ਰਖਾਵਾਂਗੇ, ਵਿੱਚ ਮਿਕਸਿੰਗ ਦਾਣੇ ਰਲਾ ਕੇ ਉਹਨਾਂ ਦੇ ਲਾਲ ਧਾਗੇ ਬੰਨ ਕੇ ਤੁਹਾਨੂੰ ਪਰਸ਼ੂਟ ਦੀ ਸਪਰੇਅ ਮਾਰਦੇ ਵੀ ਦਿਖਾਵਾਂਗੇ ਜੀ, ਨਦੀਨ ਮਰੇ ਹੋਏ ਵੀ ਦਿਖਾਵਾਂਗੇ, ਦੂਆ ਝੋਨਾ ਮਰਿਆ ਹੋਇਆ ਵੀ ਦਿਖਾਵਾਂਗੇ, ਤੁਹਾਨੂੰ ਇਹਦੀ ਕਟਾਈ ਕਰਦੀ ਵੇਲੇ ਵੀ ਦਿਖਾਵਾਂਗੇ, ਸਮੇਂ ਸਮੇਂ 'ਤੇ ਸਾਰੀਆਂ ਵੀਡੀਓ ਪਾਉਂਦੇ ਰਹਾਂਗੇ ਜੀ। ਇਹਦੇ ਬਾਰੇ ਕੰਪਲੀਟ ਆਪਾਂ ਇੱਦਾਂ ਦੀਆਂ ਜਾਣਕਾਰੀਆਂ ਦਿੰਦੇ ਰਹਾਂਗੇ। ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜੁੜੇ ਰਹਿਣ ਲਈ। ਥੈਂਕ ਯੂ।